खेती बाड़ी ते किसान भलाई विभाग के यूट्यूब चैनल ते आप सबका स्वागत है। मैं जशनप्रीत कौर बतौर खेतीबाड़ी विकास अफसर फरीदकोट विखे तैनात हाँ। अज साडे नाल जुड़े ने डॉक्टर कमलप्रीत कौर खेतीबाड़ी विकास अफसर हैडक्वार्टर। अज साडे नाल नरमे दे विच गुलाबी सुंडी दी रोकथाम बारे गल करनगे। मैं पहले इन्हां दा स्वागत करदी हाँ। हुण डॉक्टर साहब जिवें कि नरमे की बिजाई का सीजन शुरू होने वाला है ते जिवें पिछले कुछ सालों तो लगातार गुलाबी सुंडी का हमला देखने को मिल रहा है। किसान वीर ऐतकी आपदी चंगी फसल लैण लई किहड़ियां गल्लां दा ध्यान रखन कि सानूं वधिया झाड़ भी मिल सके ते घट तो घट नुकसान हो सके। हुण गल करदे हां जे आपां वी गुलाबी सुंडी दी, वी इह किस तरह नरमे दे विच हमला करदी है, वी इहदा की जीवन चक्कर है, इह किस तरह साडे फसल दे विच आउंदी है। सब तो पहला तो तुहाडा बहुत बहुत धन्यवाद। तो किसान वीरों, यह गुलाबी सुंडी है जिहड़ी, इहदे मतलब चार जीवन चक्कर दे विच चार अवस्थावां आउंदियां ने। सब तो पहला तो इहदा आंडा हुंदा, उस तो बाद सुंडी बनदी आ, सुंडी तो बाद कोआ जिहनूं प्यूपा भी कह दिंदे आ, ते उस तो बाद इहदा पतंगा हुंदा। तो जिहड़ी इहदी सब तो बाद मतलब गुलाबी सुंडी आ, हुण जिवें आपां छिटियां पईआं ने उहदे विच इहदी जिहड़ी स्टेज आ जां फिर जिहड़ी अवस्था जीवन चक्कर दी, उह तीजी आ जिहनूं असीं कोआ जां प्यूपा कहिंदे आ। ਉਹ ਜਿਹੜੀ ਆ ਉਹ ਇੱਕ ਡਾਇਆਪੌਜ਼ ਆਪਾਂ ਜਿਵੇਂ ਕਹਿੰਦੇ ਆ, ਮਤਲਬ ਉਹ ਸੁਸਤ ਹਾਲਤ ਦੇ ਵਿੱਚ ਉਹਦੇ ਵਿੱਚ ਪਈ ਆ। ਤੇ ਜਦੋਂ ਅਸੀਂ ਨਰਮੇ ਦੀ ਫਸਲ ਬੀਜਾਂਗੇ ਤੇ ਉਸ ਤੋਂ ਬਾਅਦ ਇਹ ਮਤਲਬ ਇਹਦੇ ਪਤੰਗੇ ਆ ਜਿਹੜੇ ਉਹ ਆਪਣੀ ਫਸਲ ਤੇ ਸ਼ਿਫਟ ਹੋ ਜਾਣਗੇ। ਤੇ ਇਹਦੇ ਕਰਕੇ ਇਹ ਜਿਹੜੀਆਂ ਚਾਰ ਅਵਸਥਾਵਾਂ ਨੇ ਉਹਦੇ ਵਿੱਚੋਂ ਸਭ ਤੋਂ ਵੱਧ ਜੇ ਅਸੀਂ ਕਹੀਏ ਨੁਕਸਾਨਦਾਇਕ, ਮਤਲਬ ਜਿਹੜਾ ਪਿਊਪਾ ਉਹਨੇ ਪਹਿਲਾਂ ਉੱਥੇ ਡਾਇਆਪੌਜ਼ ਸਟੇਜ 'ਚ ਰਹਿਣਾ ਸੁਸਤ ਹਾਲਤ ਦੇ ਵਿੱਚ, ਤੇ ਉਸ ਤੋਂ ਬਾਅਦ ਜਦੋਂ ਇਹ ਫੁੱਲਾਂ ਤੇ ਜਾ ਕੇ ਆਂਡੇ ਦਊਗੀ ਤੇ ਉਸ ਤੋਂ ਬਾਅਦ ਉਹਦੀ ਸੁੰਡੀ ਆ ਜਿਹੜੀ ਉਹ ਫੁੱਲਾਂ ਨੂੰ ਸਾਡੇ ਨੂੰ ਨੁਕਸਾਨ ਪਹੁੰਚਾਉਂਦੀ ਆ ਤੇ ਉਹਦੇ ਨਾਲ ਨਰਮੇ ਦੀ ਫਸਲ ਨੂੰ ਬਹੁਤ ਜ਼ਿਆਦਾ ਇਫੈਕਟ ਹੁੰਦਾ। ਡਾਕਟਰ ਸਾਹਿਬ ਵੀ ਹੁਣ ਨਰਮੇ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ਤੇ ਫਿਰ ਕਿਸਾਨ ਵੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਕਿ ਉਹ ਆਪਦੀ ਫਸਲ ਦੇ ਵਿੱਚ ਗੁਲਾਬੀ ਸੁੰਡੀ ਦੀ ਚੰਗੀ ਤਰ੍ਹਾਂ ਰੋਕਥਾਮ ਕਰ ਸਕਣ। ਹਾਂਜੀ, ਇਹਦੇ ਵਿੱਚ ਇਹ ਆ ਵੀ ਜਿਹੜੇ ਨਰਮੇ ਦੀ ਬਿਜਾਈ ਤੋਂ ਪਹਿਲਾਂ ਜਿਵੇਂ ਹੁਣ ਛਿਟੀਆਂ ਪਈਆਂ ਨੇ, ਇਹਨੂੰ ਅਸੀਂ ਪਿੰਡ ਪੱਧਰ ਤੇ ਕੰਪੇਨ ਚਲਾ ਕੇ ਆ ਜਿਹੜਾ ਉਹ ਰੋਕਥਾਮ ਕਰ ਸਕਦੇ ਹਾਂ। ਛਿਟੀਆਂ ਨੇ ਜਿਹੜੀਆਂ ਉਹ ਮਤਲਬ ਹਰ ਘਰਾਂ 'ਚ ਖੇਤਾਂ ਦੇ ਵਿੱਚ ਪਈਆਂ ਨੇ। ਉਹਦੇ ਵਿੱਚ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜਾ ਇਹਦਾ ਤੀਜੀ ਸਟੇਜ ਆ ਜਿਹਨੂੰ ਕੋਆ ਜਾਂ ਪਿਊਪਾ ਕਹਿੰਦੇ ਆ, ਉਹ ਸੁਸਤ ਹਾਲਤ ਦੇ ਵਿੱਚ ਟਿੰਡਿਆਂ 'ਚ ਜਿਹੜੀਆਂ ਛਿਟੀਆਂ ਆਪਣੀਆਂ ਪਈਆਂ ਉਹਦੇ ਵਿੱਚ ਉਹ ਰਹਿੰਦਾ। ਤੇ ਉਹਨੂੰ ਅਸੀਂ ਕੰਟਰੋਲ ਕਰਨ ਲਈ, ਇੱਕ ਕੱਲਾ ਕਿਸਾਨ ਇਸ ਨੂੰ ਕੰਟਰੋਲ ਨਹੀਂ ਕਰ ਸਕਦਾ ਹੈਗਾ, ਇਹਨੂੰ ਪਿੰਡ ਪੱਧਰ ਤੇ ਸਾਨੂੰ ਕੰਪੇਨ ਚਲਾ ਕੇ ਕੰਟਰੋਲ ਕਰਨਾ ਪਊਗਾ। ਤੇ ਉਹਦੇ ਵਿੱਚ ਕੀ ਹੁੰਦਾ ਵੀ ਜਦੋਂ ਉਹ ਸੁਸਤ ਹਾਲਤ ਦੇ ਵਿੱਚ ਪਿਆ ਹੁੰਦਾ, ਉਸ ਤੋਂ ਬਾਅਦ ਇਹਦੇ ਜਿਹੜੇ ਬਾਲਗ ਹੁੰਦੇ ਨੇ ਉਹ ਜਦੋਂ ਮਤਲਬ ਅਸੀਂ ਨਰਮਾ ਬੀਜ ਦਿੰਦੇ ਹਾਂ, ਉਸ ਤੋਂ ਬਾਅਦ ਇਹ ਜਿਹੜੇ ਆਂਡੇ ਆ ਉਹ ਫੁੱਲਾਂ ਦੇ ਉੱਪਰ ਜਾ ਕੇ ਦਿੰਦੇ ਆ। ਪਰ ਜੇ ਅਸੀਂ ਨਰਮੇ ਦੀ ਥੋੜੀ ਜਿਹੀ ਬਿਜਾਈ ਲੇਟ ਕਰ ਦਈਏ ਤੇ ਮਤਲਬ ਇਹਨਾਂ ਨੇ ਜਦੋਂ ਅਨੁਕੂਲ ਮੌਸਮ ਆ ਜਾਂਦਾ ਉਸ ਤੋਂ ਬਾਅਦ ਇਹਨਾਂ ਦੇ ਬਾਲਗ ਬਣਨੇ ਸ਼ੁਰੂ ਹੋ ਜਾਂਦੇ ਨੇ। ਮਤਲਬ ਜਿਹੜੇ ਇਹਨਾਂ ਦੇ ਪਤੰਗੇ ਜਾਂ ਬਾਲਗ ਬਣਦੇ ਨੇ ਉਹਨਾਂ ਨੂੰ ਜੇ ਮਤਲਬ ਆਪਾਂ ਬਿਜਾਈ ਥੋੜੀ ਜਿਹੀ ਲੇਟ ਕਰ ਦਾਂਗੇ, ਫੁੱਲ ਉਹਨਾਂ ਨੂੰ ਨਹੀਂ ਮਿਲਣਗੇ ਕਿਉਂਕਿ ਜਿਹੜੀ ਫੁੱਲ ਨੇ ਉਹ ਵੀ ਮਹੀਨੇ ਬਾਅਦ ਆਉਣੇ ਨੇ। ਤੇ ਜੇ ਫੁੱਲ ਨਹੀਂ ਮਿਲਣਗੇ ਤਾਂ ਉਹਨਾਂ ਨੂੰ ਆਂਡੇ ਦੇਣ ਲਈ ਜਾਂ ਫਿਰ ਭੋਜਨ ਨਹੀਂ ਮਿਲੂਗਾ। ਤੇ ਉਹਦੇ ਨਾਲ ਉਹਨਾਂ ਦਾ ਜਿਹੜਾ ਟਾਈਮ ਆ ਉਹ 7 ਤੋਂ 10 ਦਿਨਾਂ ਦਾ ਹੁੰਦਾ। 7 ਤੋਂ 10 ਦਿਨਾਂ ਦੇ ਵਿੱਚ ਉਹਨਾਂ ਨੇ ਖਤਮ ਹੋ ਜਾਣਾ, ਮਤਲਬ ਉਹਨਾਂ ਨੇ ਮਰ ਜਾਣਾ। ਤੇ ਉਹਨਾਂ ਨੂੰ ਅਸੀਂ ਸੁਸਾਈਡਲ ਐਮਰਜੈਂਸੀ ਵੀ ਬੋਲਦੇ ਹਾਂ, ਵੀ ਉਹਦੇ ਨਾਲ ਵੀ ਅਸੀਂ ਇਹਨਾਂ ਨੂੰ ਰੋਕ ਸਕਦੇ ਹਾਂ ਪਤੰਗਿਆਂ ਨੂੰ ਅੱਗੇ ਆਂਡੇ ਦੇਣ ਤੋਂ। ਤੇ ਇਹਦੇ ਵਿੱਚ ਇਹ ਆ ਵੀ ਜੇ ਅਸੀਂ ਮੰਨ ਲਓ ਛਿਟੀਆਂ ਸਾਡੇ ਖੇਤ 'ਚ ਪਈਆਂ ਨੇ, ਸਭ ਤੋਂ ਪਹਿਲਾਂ ਤਾਂ ਜਦੋਂ ਨਰਮੇ ਦੀ ਚੁਗਾਈ ਹੁੰਦੀ ਆ, ਨਰਮੇ ਦੀ ਚੁਗਾਈ ਤੋਂ ਲਾਸਟ ਚੁਗਾਈ ਤੋਂ ਬਾਅਦ ਅਸੀਂ ਜਦੀ ਜਿਹੜੀਆਂ ਛਿਟੀਆਂ ਨੇ ਜਾਂ ਤਾਂ ਉਹਨਾਂ ਨੂੰ ਜੜਾਂ ਤੋਂ ਪੁੱਟ ਕੇ ਦੱਬ ਦੇਣਾ ਖੇਤ ਦੇ ਵਿੱਚ, ਜਾਂ ਫਿਰ ਸ਼ਰੈਡਰ ਦੇ ਨਾਲ ਅਸੀਂ ਉਹਨਾਂ ਨੂੰ ਮਤਲਬ ਖਤਮ ਹੀ ਕਰ ਦੇਣਾ ਛਿਟੀਆਂ ਨੂੰ। ਜੇ ਅਸੀਂ ਛਿਟੀਆਂ ਬਾਲਣ ਦੇ ਵਾਸਤੇ ਰੱਖਣੀਆਂ ਨੇ, ਫਿਰ ਉਹਨਾਂ ਨੂੰ ਝਾੜ ਕੇ ਉਹਨਾਂ ਦਾ ਮਲਵਾ ਜਿਹੜਾ ਉਹਨੂੰ ਸਾੜ ਦੇਣਾ, ਝਾੜ ਕੇ ਫਿਰ ਰੱਖਣੀਆਂ ਨੇ। ਵੈਸੇ ਸਾਨੂੰ ਇਦਾਂ ਵੀ ਅਸੀਂ ਫਰਵਰੀ ਤੋਂ ਪਹਿਲਾਂ ਪਹਿਲਾਂ ਛਿਟੀਆਂ ਜਾਂ ਤਾਂ ਇਹਨਾਂ ਦੀਆਂ ਖਤਮ ਕਰ ਦਈਏ ਜਾਂ ਉਹਨਾਂ ਨੂੰ ਸਾੜ ਦਈਏ। ਜੇ ਅਸੀਂ ਬਾਲਣ ਵਾਸਤੇ ਫਿਰ ਵੀ ਛਿਟੀਆਂ ਰੱਖਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਉਹਨਾਂ ਨੂੰ ਇੱਕ ਵਾਰੀ ਫਿਰ ਦੁਬਾਰਾ ਝਾੜ ਕੇ ਰੱਖੀਏ ਤਾਂ ਕਿ ਉਹਨਾਂ ਦਾ ਮਲਵਾ ਸਾੜ ਦਈਏ, ਵੀ ਜਿਹੜੇ ਟਿੰਡੇ ਆ ਜੇ ਕਿਤੇ ਇਹਦਾ ਪਿਊਪਾ ਜਾਂ ਕੋਆ ਪਿਆ ਵੀ ਆ ਤੇ ਉਹ ਸੜ ਜੇ ਤੇ ਉਹ ਨਾ ਰਹੇ। ਵੈਸੇ ਅਸੀਂ ਹੋਰ ਵੀ ਇੱਕ ਪ੍ਰਬੰਧ ਕਰ ਸਕਦੇ ਹਾਂ ਵੀ ਜਿਵੇਂ ਖੇਤ ਦੇ ਵਿੱਚ ਹੁਣ ਛਿਟੀਆਂ ਪਈਆਂ ਨੇ ਤਾਂ ਪਸ਼ੂਆਂ ਨੂੰ ਵੀ ਉੱਥੇ ਚਰਾ ਸਕਦੇ ਹਾਂ, ਜਿਵੇਂ ਭੇਡਾਂ ਬੱਕਰੀਆਂ ਹੋ ਗਈਆਂ, ਤੇ ਉਹ ਪਸ਼ੂ ਵੀ ਜੇ ਉਹ ਖਾ ਲੈਂਦੇ ਆ ਫਿਰ ਵੀ ਅਸੀਂ ਇਹਨਾਂ ਨੂੰ ਕੰਟਰੋਲ ਆ ਜਿਹੜਾ ਕਰ ਸਕਦੇ ਹਾਂ ਉਹਦੇ ਨਾਲ। ਪਰ ਜਿੱਦਾਂ ਹੁਣ ਆਪਣੇ ਮਿੱਲਾਂ ਦੇ ਵਿੱਚ ਵੀ ਜਾਂਦਾ ਨਰਮਾ, ਉਹਦੇ ਨਾਲ ਜੇ ਵੜੇਵਿਆਂ ਨੂੰ ਮਤਲਬ ਮਾਰਚ ਤੱਕ ਜੇ ਤਾਂ ਵੇਲ ਦਿੱਤਾ ਗਿਆ ਫਿਰ ਤਾਂ ਚਲੋ ਠੀਕ ਹੈ, ਜੇ ਅਗਰ ਲੇਟ ਹੋ ਰਿਹਾ ਮਾਰਚ ਦੇ ਵਿੱਚੋਂ ਤਾਂ ਫਿਰ ਆਪਾਂ ਜੇ ਮਾਰਚ ਤੋਂ ਲੇਟ ਹੋ ਰਿਹਾ ਫਿਰ ਉੱਥੇ ਫੀਰਾਮੋਨ ਟ੍ਰੈਪ ਲਾਉਣੇ ਨੇ।
ਇਹ ਫਿਰਾਮੋਨ ਟ੍ਰੈਪ ਆ ਜਿਹੜੇ ਉਹ ਆਪਾਂ ਉਹਦੇ ਵਿੱਚ ਲਾਉਣੇ ਆ, ਤਾਂ ਕਿ ਉਹਨਾਂ ਦੇ ਆਪਾਂ ਪਤੰਗੇ ਆ ਜਿਹੜੇ ਉੱਥੇ ਫੜ ਲਈਏ, ਤੇ ਜਿਹੜੇ ਨਾਲ ਦੇ ਖੇਤ ਨੇ ਕਿਸਾਨਾਂ ਦੇ ਉਹਦੇ ਵਿੱਚ ਵੀ ਫਿਰਾਮੋਨ ਟ੍ਰੈਪ ਨੇ ਜਿਹੜੇ ਉਹ ਲਾਉਣੇ ਬਹੁਤ ਜ਼ਿਆਦਾ ਜ਼ਰੂਰੀ। ਡਾਕਟਰ ਸਾਹਿਬ ਤੁਸੀਂ ਹੁਣੇ ਗੱਲ ਕੀਤੀ ਫਿਰਾਮੋਨ ਟ੍ਰੈਪਸ ਦੀ, ਮੈਨੂੰ ਲੱਗਦਾ ਸਾਡੇ ਕਿਸਾਨ ਵੀਰ ਵੀ ਇਸ ਚੀਜ਼ ਬਾਰੇ ਹੋਰ ਜਾਣਨਾ ਚਾਹਣਗੇ ਕਿ ਫਿਰਾਮੋਨ ਟ੍ਰੈਪ ਕੀ ਹੈ, ਇਹ ਅਸੀਂ ਕਿਸ ਤਰ੍ਹਾਂ ਵਰਤ ਸਕਦੇ ਹਾਂ। ਹਾਂਜੀ, ਇਹ ਫਿਰਾਮੋਨ ਟ੍ਰੈਪ ਇਹ ਇੱਕ ਤਰ੍ਹਾਂ ਦਾ ਲਿਓਰ ਆ ਜਿਹੜਾ ਉਹਨਾਂ ਨੇ ਵਰਤਿਆ। ਇਹ ਟ੍ਰੈਪ ਦੇ ਵਿੱਚ ਕੀ ਹੁੰਦਾ ਵੀ ਉਹਦੇ ਨਾਲ ਵੀ ਦੋ ਤਰ੍ਹਾਂ ਦੇ ਹੁੰਦੇ ਆ, ਜਿਹੜੇ ਮੇਲ ਹੋ ਗਏ ਫੀਮੇਲ ਹੋ ਗਏ। ਉਹਦੇ ਨਾਲ ਇਹ ਮੇਲ ਨੂੰ ਟ੍ਰੈਪ ਨੇ ਜਿਹੜੇ, ਮਤਲਬ ਮੇਲ ਨੂੰ ਜਿਹੜੇ ਨਰ ਉਹ ਨੇ ਬਾਲਗ ਹੁੰਦੇ ਆ ਉਹਨਾਂ ਦੇ ਜਾਂ ਪਤੰਗੇ ਹੁੰਦੇ ਆ ਉਹਨਾਂ ਨੂੰ ਉਹ ਅਟਰੈਕਟ ਕਰਦੇ ਆ, ਕਿਉਂਕਿ ਇਦਾਂ ਦਾ ਉਹ ਕੈਮੀਕਲ ਰਿਲੀਜ਼ ਕਰਦੇ ਨੇ ਵੀ ਜਿਹਦੇ ਨਾਲ ਉਹ ਉਹਦੇ ਵੱਲ ਨੂੰ ਖਿੱਚੇ ਆਉਂਦੇ ਆ, ਉਹ ਸਾਰੇ ਉਹਦੇ ਵਿੱਚ ਆ ਜਾਂਦੇ ਆ, ਤੇ ਇਸ ਕਰਕੇ ਫੀਮੇਲ ਨੂੰ ਕੋਈ ਮੇਟਿੰਗ ਲਈ ਨਹੀਂ ਮਿਲਦਾ ਹੈਗਾ, ਤਾਂ ਫਿਰ ਉਹਨਾਂ ਦੇ ਵਿੱਚ ਮਤਲਬ ਇਹ ਇੱਕ ਤਰ੍ਹਾਂ ਦਾ ਮਤਲਬ ਆਪਾਂ ਕਨੈਕਸ਼ਨ ਬ੍ਰੇਕ ਕਰਦੇ ਆ ਵੀ ਤਾਂ ਕਿ ਅੱਗੇ ਆਂਡੇ ਨਾ ਦੇ ਸਕਣ। ਤੇ ਇਹ ਜਿਹੜਾ 1 ਹੈਕਟੇਅਰ ਲਈ 1 ਫਿਰਾਮੋਨ ਟ੍ਰੈਪ ਰਿਕਮੈਂਡਡ ਆ ਵੀ ਆਪਣੀ ਯੂਨੀਵਰਸਿਟੀ ਵੱਲੋਂ, ਤੇ ਇਹ ਆਪਾਂ 15 ਸੈਂਟੀਮੀਟਰ ਫਸਲ ਤੋਂ ਉੱਚਾ ਲਾਉਣਾ। ਤੇ ਫਿਰਾਮੋਨ ਟ੍ਰੈਪ ਦਾ ਇਹੀ ਮਤਲਬ ਆ ਵੀ ਆਪਾਂ ਜੇ ਕੋਈ ਪਤੰਗਾ ਛਿਟੀਆਂ ਦੇ ਵਿੱਚੋਂ ਆਪਣੇ ਆ ਵੀ ਗਿਆ ਖੇਤ 'ਚ, ਤਾਂ ਆਪਾਂ ਉਹਨਾਂ ਨੂੰ ਉੱਥੇ ਰੋਕ ਲਈਏ। ਠੀਕ ਹੈ ਡਾਕਟਰ ਸਾਹਿਬ, ਇਹ ਹੁਣ ਜਿਵੇਂ ਕਿਸਾਨ ਵੀਰ ਆਪਦਾ ਬੀਜ ਪ੍ਰਬੰਧਨ ਕਰ ਹੀ ਰਹੇ ਹਨ ਕਿ ਕਿਸ ਤਰ੍ਹਾਂ ਦੀ ਉਹਨਾਂ ਨੂੰ ਬੀਟੀ ਵਰਾਇਟੀ ਲਾਉਣੀ ਚਾਹੀਦੀ ਆ, ਕਿਵੇਂ ਬੀਜਣਾ ਚਾਹੀਦਾ ਹੈ, ਕੀ ਤੁਸੀਂ ਕਿਸਾਨ ਵੀਰਾਂ ਨੂੰ ਇਸ ਚੀਜ਼ ਬਾਰੇ ਦੱਸੋਗੇ? ਹਾਂਜੀ, ਉਹ ਇਦਾਂ ਵੀ ਜਿਵੇਂ ਆਪਾਂ ਬਿਜਾਈ ਕਰਨੀ ਆ ਉਹਦੇ ਵਿੱਚ ਬੀਟੀ ਨਰਮੇ ਦੇ ਨਾਲ ਸਾਨੂੰ ਨੌਨ ਬੀਟੀ ਨਰਮਾ ਵੀ ਬੀਜਣਾ ਚਾਹੀਦਾ, ਉਹਨੂੰ ਰਿਫਿਊਜ਼ੀਆ ਮਤਲਬ ਐਜ਼ ਏ ਰਿਫਿਊਜ਼ੀ ਸਾਨੂੰ ਬੀਜਣਾ ਚਾਹੀਦਾ। ਤੇ ਕਈ ਕਿਸਾਨ ਵੀਰ ਇਦਾਂ ਕਰਦੇ ਆ ਵੀ ਉਹ ਜਿਹੜੀ ਨੌਨ ਬੀਟੀ ਨਾਲ ਦਿੱਤਾ ਹੁੰਦਾ ਉਹਨੂੰ ਨਹੀਂ ਬੀਜਦੇ ਹੈਗੇ, ਪਰ ਉਹ ਬੀਜਣਾ ਬਹੁਤ ਜ਼ਿਆਦਾ ਜ਼ਰੂਰੀ ਆ। ਉਹਦੇ ਨਾਲ ਕੀ ਆ ਵੀ ਜੇ ਬੀਟੀ ਤੇ ਹੀ ਸਾਡੇ ਕੀੜੇ ਮਕੌੜੇ ਖਾਈ ਜਾਂਦੇ ਆ ਤਾਂ ਉਹਨਾਂ ਦੇ ਵਿੱਚ ਰੈਜ਼ਿਸਟੈਂਟ ਆ ਜਾਂਦੀ ਆ, ਮਤਲਬ ਉਹ ਰੈਜ਼ਿਸਟੈਂਟ ਹੋ ਜਾਂਦੇ ਆ, ਉਹ ਫਿਰ ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਔਖਾ, ਮਤਲਬ ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ ਹੈਗੇ। ਤੇ ਜੇ ਆਲੇ ਦੁਆਲੇ ਅਸੀਂ ਰਿਫਿਊਜ਼ੀ ਐਜ਼ ਏ ਨੌਨ ਬੀਟੀ ਨੂੰ ਲਾ ਦਿੰਨੇ ਆ ਤੇ ਜਾਂ ਮਿਕਸ ਕਰਕੇ ਲਾ ਦਿੰਨੇ ਆ, ਤੇ ਉਹਦੇ ਨਾਲ ਕੀ ਹੁੰਦਾ ਵੀ ਉਹਦੇ ਨਾਲ ਉਹਨਾਂ ਦੀ ਜਿਹੜੀ ਬੀਟੀ ਨੂੰ ਸਹਿਣ ਦੀ ਜਿਹੜੀ ਸਮਰੱਥ ਆ ਉਹ ਬਹੁਤ ਜ਼ਿਆਦਾ ਘੱਟ ਜਾਂਦੀ, ਤੇ ਉਹਦੇ ਨਾਲ ਮਤਲਬ ਅਸੀਂ ਇੱਕ ਤਰ੍ਹਾਂ ਦਾ ਇਹੀ ਆ ਵੀ ਉਹਦਾ ਸਾਨੂੰ ਲਾਉਣ ਦਾ ਬਹੁਤ ਜ਼ਿਆਦਾ ਫਾਇਦਾ, ਰਿਫਿਊਜ਼ੀ ਜਿਹੜੀ ਨੌਨ ਬੀਟੀ ਆ ਤੇ ਉਹ ਆਪਾਂ ਲਾਉਣਾ ਹੀ ਲਾਉਣਾ। ਡਾਕਟਰ ਸਾਹਿਬ ਵੀ ਅੱਗੇ ਬਿਜਾਈ ਤੋਂ ਬਾਅਦ ਫਸਲ ਜੇ ਖੜੀ ਹੈ ਤਾਂ ਜੇ ਖੜੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਜਾਵੇ ਤਾਂ ਫਿਰ ਕਿਸਾਨ ਉਦੋਂ ਫਿਰ ਕਿਵੇਂ ਇਸ ਚੀਜ਼ ਦੀ ਰੋਕਥਾਮ ਕਰ ਸਕਦੇ ਆ? ਹਾਂਜੀ, ਇਹ ਖੜੀ ਫਸਲ ਤੇ ਮਤਲਬ ਜੇ ਫਿਰ ਵੀ ਹੁਣ ਆਪਣਾ ਪ੍ਰਬੰਧਨ ਆਪਾਂ ਕੀਤੇ ਆ ਕਿਤੇ ਨਾ ਕਿਤੇ ਇਹਦਾ ਜਿਹੜਾ ਪਤੰਗਾ ਉਹ ਖੇਤ ਤੱਕ ਪਹੁੰਚ ਜੇ ਤੇ ਉਹ ਫੁੱਲਾਂ ਤੇ ਆਂਡੇ ਦੇ ਦੇਵੇ, ਤਾਂ ਸਭ ਤੋਂ ਪਹਿਲਾਂ ਤਾਂ ਇਹਦਾ ਜਿਹੜੀ ਸੁੰਡੀ ਜਦੋਂ ਬਣਦੀ ਆ ਉਹਦਾ ਸੁੰਡੀ ਦਾ ਕੰਮ ਇਹੀ ਆ ਵੀ ਇਹਨੇ ਫੁੱਲ ਨੂੰ ਉੱਪਰੋਂ ਬੰਦ ਕਰ ਦੇਣਾ, ਜਿਹਨੂੰ ਅਸੀਂ ਭਮੀਰੀ ਫੁੱਲ ਕਹਿੰਦੇ ਆ, ਭਮੀਰੀ ਫੁੱਲ ਬਣਾ ਦਿੰਦੇ ਆ, ਉਹ ਘੜੇ ਵਰਗੇ ਹੋ ਜਾਂਦੇ ਆ ਤੇ ਉੱਪਰੋਂ ਬੰਦ ਹੋ ਜਾਂਦੇ ਆ, ਬਾਹਰੋਂ ਅਸੀਂ ਸੁੰਡੀ ਨੂੰ ਦੇਖ ਨਹੀਂ ਸਕਦੇ ਹੈਗੇ ਕਿ ਸੁੰਡੀ ਆਪਣੇ ਖੇਤ ਦੇ ਵਿੱਚ ਆਈ ਆ ਜਾਂ ਨਹੀਂ। ਤੇ ਇਹਦੇ ਲਈ ਕਿਸਾਨ ਵੀਰਾਂ ਨੂੰ ਮਤਲਬ ਜੇ ਕਿਸੇ ਨੇ ਨਰਮਾ ਬੀਜਿਆ ਤਾਂ ਸਮੇਂ ਸਮੇਂ ਤੇ ਸਰਵੇਖਣ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ, ਮਤਲਬ ਉਹਨਾਂ ਨੇ ਰੋਜ਼ ਸੁਬਹਾ ਜਾ ਕੇ ਸਰਵੇਖਣ ਕਰਨਾ ਹੀ ਕਰਨਾ ਵੀ ਮਤਲਬ 4 ਹਿੱਸਿਆਂ ਦੇ ਵਿੱਚ ਆਪਣੇ ਖੇਤ ਨੂੰ ਵੰਡ ਕੇ ਉਹਦੇ ਵਿੱਚ ਕੋਈ 15 ਫਲਾਰ ਸਿਲੈਕਟ ਕਰਕੇ ਫੁੱਲ, ਉਹ ਫੁੱਲਾਂ ਤੇ ਮਤਲਬ ਉਹਨਾਂ ਨੇ ਦੇਖਣਾ ਵੀ ਕੋਈ ਫੁੱਲ ਜੇ ਬੰਦ ਹੋਏ ਹੋਏ ਨੇ ਤਾਂ ਉਹਨਾਂ ਨੂੰ ਖੋਲ ਕੇ ਜ਼ਰੂਰ ਦੇਖਣਾ ਵੀ ਉਹਦੇ ਵਿੱਚ ਕਿਤੇ ਗੁਲਾਬੀ ਸੁੰਡੀ ਦੀ ਸੁੰਡੀ ਤਾਂ ਨਹੀਂ ਬੈਠੀ ਹੈਗੀ, ਤੇ ਕਿਉਂਕਿ ਉਹ ਆਪਣਾ ਫੁੱਲ ਆ ਜਿਹੜਾ ਉਹ ਬੰਦ ਕਰ ਲੈਂਦੇ ਆ। ਦੂਜਾ ਨੁਕਸਾਨ ਇਹ ਕਰਦੇ ਆ ਵੀ ਜੇ ਵਿੱਚ ਰਹਿ ਵੀ ਜਾਵੇ ਤਾਂ ਇਹ ਜਿਹੜੇ ਸਾਡੇ ਟਿੰਡੇ ਨੇ ਉਹਨਾਂ ਦੇ ਵਿੱਚ ਤੇ ਬਾਅਦ ਚ ਇਹ ਆਪਦੇ ਮਤਲਬ ਮਲਵੇ ਦੇ ਨਾਲ ਇਹ ਉਹਨੂੰ ਬੰਦ ਕਰ ਦਿੰਦੇ ਆ, ਆਪਾਂ ਨੂੰ ਬਾਹਰੋਂ ਪਤਾ ਨਹੀਂ ਲੱਗਦਾ ਵੀ ਵਿੱਚ ਸੁੰਡੀ ਬੈਠੀ ਆ। ਤੇ ਫਿਰ ਇਹ ਕੀ ਕਰਦੇ ਆ ਉਹਦੇ ਵਿੱਚ 2 ਬੀਜਾਂ ਨੂੰ ਕੱਟ ਕੇ ਜੋੜ ਦਿੰਦੇ ਆ, ਜਿਹਨੂੰ ਅਸੀਂ ਡਬਲ ਸੀਡ ਕੰਡੀਸ਼ਨ ਵੀ ਕਹਿੰਦੇ ਆ। ਤੇ ਇਹਦੀ ਰੋਕਥਾਮ ਇਹੀ ਆ ਵੀ ਸਰਵੇਖਣ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਰੂਰੀ ਆ, ਦੂਜਾ ਜੇ ਫਿਰ ਇਹ ਖੇਤ ਦੇ ਵਿੱਚ ਆ ਵੀ ਜਾਵੇ ਤਾਂ ਫਿਰ ਇਹਦੇ ਲਈ ਮਤਲਬ ਯੂਨੀਵਰਸਿਟੀ ਵੱਲੋਂ ਜਿਹੜੇ ਕੀਟਨਾਸ਼ਕ ਸਿਫਾਰਿਸ਼ ਕੀਤੇ ਹੋਏ ਆ ਅਸੀਂ ਉਹੀ ਵਰਤਣੇ ਆ। ਉਹਨਾਂ ਨੇ ਸਾਈਪਰਮੈਥਰੀਨ ਜਿਹੜਾ 10 EC ਆ ਉਹਨੂੰ ਅਸੀਂ 200 ਮਿਲੀਲੀਟਰ ਪ੍ਰਤੀ ਏਕੜ ਵਰਤ ਸਕਦੇ ਆ, ਤੇ ਸਾਈਪਰਮੈਥਰੀਨ 25 EC ਆ ਉਹਨੂੰ ਅਸੀਂ 80 ਮਿਲੀਲੀਟਰ ਵਰਤ ਸਕਦੇ ਆ। ਹੋਰ ਵੀ 4-5 ਸਪਰੇਆਂ ਨੇ ਜਿਹੜੀਆਂ ਉਹਨਾਂ ਨੇ ਦੱਸੀਆਂ ਨੇ, ਉਹ ਸਾਨੂੰ ਯੂਨੀਵਰਸਿਟੀ ਦਾ ਜਿਵੇਂ ਪੈਕੇਜ ਆਫ ਪ੍ਰੈਕਟਿਸ ਹੁੰਦਾ ਉਹਨੂੰ ਜ਼ਰੂਰ ਸਾਨੂੰ ਫੋਲੋ ਕਰਨਾ ਚਾਹੀਦਾ ਵੀ ਉਹਦੇ ਵਿੱਚ ਕੀ ਪ੍ਰਬੰਧਨ ਦੱਸੇ ਨੇ, ਕੀ ਨਵਾਂ ਲਿਟਰੇਚਰ ਆਇਆ, ਉਹਦੇ ਨਾਲ ਅਸੀਂ ਗੁਲਾਬੀ ਸੁੰਡੀ ਤੇ ਜਿਹੜਾ ਸਰਵ ਪੱਖੀ ਰੋਕਥਾਮ ਕਰ ਸਕਦੇ। ਧੰਨਵਾਦ ਡਾਕਟਰ ਸਾਹਿਬ, ਤੁਸੀਂ ਸਾਡੇ ਕਿਸਾਨਾਂ ਨਾਲ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਮੈਂ ਉਮੀਦ ਕਰਦੀ ਹਾਂ ਕਿ ਇਹ ਜਾਣਕਾਰੀ ਤੁਹਾਡੇ ਸਾਰਿਆਂ ਲਈ ਲਾਭਦਾਇਕ ਹੋਵੇਗੀ। ਧੰਨਵਾਦ।